जी अज पंजाब दियां सारियां वख वख जथेबंदियां जिन्हें साडे मसीह भाईचारे दे लीडर ने सारे अज आई जी साहब को असीं पहुंचे हाँ और असीं यह विश्वास करते हैं भी प्रशासन साडी गल जरूर सुनेगा। पिछले दिन तुसीं देखिया भी डड्डूवाना पिंड जिदा निहंग सिंघां वल्लों उत्थे दहशत दा नंगा नाच जिहड़ा कीता गया और साडे मसीह भाईचारे दियां जिहड़ियां भैणां उहनां दी चुन्नियां उछालियां गईयां बच्चों नूं मारकुट की गई और असीं बेनती भी करते हैं तुहाडे माध्यम राहीं अकाल तख्त के जथेदार साहब नूं भी जे कोई तुहानूं लगता भी साडे जिहड़े बंदे कोई तुहानूं जिहड़ी गल नहीं चंगी लगती इदां दी कोई धर्म परिवर्तन दी साडे नाल बैठ के गल करो। धर्म परिवर्तन नहीं हुंदा मन परिवर्तन हुंदा। अज्ज भी कोई इदां दा केस कोई दिखा दिओ भी जिथे साडे बंदिआं ने जबरी धर्म परिवर्तन कीता गया साडे जिहड़े लोक खुद इन्ने गरीब ने असी उन्हां दा पालन पोषण जिहड़ा असी अच्छे तरीके नाल नहीं कर पा रहे तो असी दूजे धर्म दे लोकां नूं किदां असी पैसे दे के असी अपने कोल लैके आ सकते हैं। ये सिर्फ बेबुनियाद जिहड़े इल्जाम ने वो साडे धर्म दे उत्ते लगाए जा रहे हैं। देखो मैं एक तुहाडे माध्यम राहीं बेनती करना चाहुंदा सारे मेरे भैण भरावां नूं भी जदों ते साडे कैथलिक स्कूलों के जां साडे जिहड़े स्कूल ने साडी कम्यूनिटी दे उहदे विच बच्चे पढ़ते हैं आपां एक गल कहिंदे आ भी छोटा बच्चा जिहड़ा हुंदा वा उहनूं जितनी जिहड़ी गल सिखाई जावे उही बच्चा सिख जांदा। जदों छोटे बच्चे 5 साल के 10 साल के साडे कोल पढ़ते हैं उदों तां असीं उहनां दा धर्म परिवर्तन नहीं करा सकते ठीक है जी। तो जदों बच्चे जवान हो जाते हैं उहनां दी ਵਿਆਹ ਹੋ ਜਾਂਦੇ ਨੇ ਉਹਨਾਂ ਦੇ ਗਾਂ ਬੱਚੇ ਹੋ ਜਾਂਦੇ ਨੇ ਅਤੇ ਫਿਰ ਕਹਿੰਦੇ ਉਹਨਾਂ ਦਾ ਧਰਮ ਪਰਿਵਰਤਨ ਹੋ ਗਿਆ। ਦੱਸੋ ਬੱਚਾ ਜਦੋਂ ਛੋਟਾ ਵਾ ਉਦੋਂ ਗੱਲ ਨੂੰ ਕੈਚ ਕਰਦਾ ਜਾਂ ਵੱਡਾ ਹੋ ਕੇ ਬੰਦਾ ਕੈਚ ਕਰਦਾ? ਇਹ ਬੇਬੁਨਿਆਦ ਜਿਹੜੇ ਇਲਜ਼ਾਮ ਹੈ ਇਹ ਇਹਨਾਂ ਨੂੰ ਜਿਹੜੀਆਂ ਕੋਈ ਏਜੰਸੀਆਂ ਕੰਮ ਕਰ ਰਹੀਆਂ ਪੰਜਾਬ ਨੂੰ ਤੋੜਨ ਦੀਆਂ ਕੋਸ਼ਿਸ਼ ਕਰ ਰਹੀਆਂ ਅਸੀਂ ਉਹਨਾਂ ਦੇ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਸਿੱਖ ਜਿਹੜੇ ਸਾਡੇ ਭਰਾ ਨੇ ਸਾਡੇ ਸਤਿਕਾਰ ਦੇ ਯੋਗ ਨੇ ਸਾਡੇ ਉਹਨਾਂ ਨਾਲ ਵਿਆਹ ਜਿਹੜੇ ਸ਼ਾਦੀ ਜਿਹੜੇ ਸਾਂਝੇ ਨੇ ਸਾਡੇ ਉਹਨਾਂ ਦੇ ਖੁਸ਼ੀ ਗਮ ਸਾਂਝੇ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਜਿੰਨਾ ਮਾਨ ਸਤਿਕਾਰ ਬਾਈਬਲ ਦਾ ਜੀ ਦਾ ਕਰਦੇ ਹਾਂ ਉਹਨਾਂ ਕੁਰਾਨ ਸ਼ਰੀਫ ਦਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਹਾਂ ਭਗਵਤ ਗੀਤਾ ਜੀ ਦਾ ਕਰਦੇ ਹਾਂ ਰਮਾਇਣ ਜੀ ਦਾ ਕਰਦੇ ਹਾਂ ਸਾਡੇ ਸਾਰੇ ਧਰਮ ਸਤਿਕਾਰ ਦੇ ਯੋਗ ਨੇ ਸਾਡੇ ਭੈਣ ਭਰਾ ਨੇ ਔਰ ਸਾਡੇ ਵੱਲੋਂ ਕੋਈ ਵੀ ਇਦਾਂ ਦਾ ਕੋਈ ਕੰਮ ਨਹੀਂ ਨਾ ਸਾਡੇ ਕੋਈ ਲੀਡਰ ਕਰ ਰਹੇ ਨੇ ਨਾ ਸਾਡੇ ਲੋਕ ਕਰ ਰਹੇ ਨੇ ਅਸੀਂ ਸ਼ਾਂਤੀ ਪਸੰਦ ਲੋਕ ਹਾਂ। ਲੇਕਿਨ ਅੱਜ ਸਵੇਰੇ ਵੀ ਜੰਡਿਆਲਾ ਗੁਰੂ ਦੇ ਇੱਕ ਪਟਵਾਰਖਾਨਾ ਨਜ਼ਦੀਕ ਮਸੀਹ ਭਾਈਚਾਰੇ ਦਾ ਜਿਹੜਾ ਸਮਾਗਮ ਸੀ ਨਿਹੰਗ ਸਿੰਘਾਂ ਵੱਲੋਂ ਜਾ ਕੇ ਰੋਕ ਦਿੱਤਾ ਗਿਆ ਕਹਿੰਦੇ ਪਰਮਿਸ਼ਨ ਨਹੀਂ ਹੈ। ਦੂਸਰੇ ਪਾਸੇ ਮਸੀਹ ਭਾਈਚਾਰੇ ਦੇ ਲੋਕ ਕਹਿੰਦੇ ਸੀ ਕਿ ਪਰਮਿਸ਼ਨ ਹੈ ਲੇਕਿਨ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜਿਹੜਾ ਸਾਡਾ ਸੰਵਿਧਾਨ ਬਾਬਾ ਅੰਬੇਦਕਰ ਸਾਹਿਬ ਜੀ ਨੇ ਲਿਖਿਆ ਵਾ ਉਹ ਸੰਵਿਧਾਨ ਨੂੰ ਸੰਵਿਧਾਨ ਦੇ ਵਿੱਚ ਆਰਟੀਕਲ 25-28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਵਾ ਖੁੱਲ੍ਹ ਦਿੱਲੀ ਨਾਲ ਕਰ ਸਕਦੇ ਹੋ ਔਰ ਹਰ ਕਿਸੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੇ ਵਿੱਚ ਖੁੱਲ੍ਹ ਦਿੱਲੀ ਦੇ ਨਾਲ ਆਪਣਾ ਕਰ ਸਕਦਾ ਹੋਏ ਇਹ ਜਿਹੜਾ ਸੰਵਿਧਾਨ ਵੀ ਸਾਨੂੰ ਦੱਸਦਾ ਜਿਹਦੇ ਉੱਪਰ ਜਿਹਦੀ ਬੁਨਿਆਦ ਦੇ ਉੱਪਰ ਅੱਜ ਹਿੰਦੁਸਤਾਨ ਜਿਹੜਾ ਟਿਕਿਆ ਹੋਇਆ ਵਾ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਸੰਵਿਧਾਨ ਨੂੰ ਮੰਨਿਆ ਜਾਂਦਾ ਵਾ। ਅੱਜ ਕੋਈ ਮੰਤਰੀ ਆ ਜਾਂ MLA ਆ ਜਾਂ ਕੋਈ ਵੱਡਾ ਅਫਸਰ ਆ ਉਹ ਸੰਵਿਧਾਨ ਦੀ ਸਹੁੰ ਚੁੱਕਦਾ ਵਾ ਔਰ ਸੰਵਿਧਾਨ ਦੇ ਵਿੱਚ ਆਰਟੀਕਲ 25-28 ਦੇ ਵਿੱਚ ਲਿਖਿਆ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਖੁੱਲ੍ਹ ਦਿੱਲੀ ਨਾਲ ਕਰ ਸਕਦੇ ਹੋ ਔਰ ਜੇ ਸਾਡੇ ਪ੍ਰਚਾਰ ਕਰਨ ਦੇ ਵਿੱਚ ਸਾਨੂੰ ਰੋਕਿਆ ਜਾ ਰਿਹਾ ਇਹ ਤਾਂ ਫਿਰ ਸਾਡੇ ਨਾਲ ਧੱਕਾ ਵਾ ਨਾ। ਇਹ ਧੱਕਾ ਜਿਹੜਾ ਵਾ ਇਹ ਪ੍ਰਸ਼ਾਸਨ ਨੂੰ ਆਪ ਦੇਖਣਾ ਚਾਹੀਦਾ ਵਾ ਵੀ ਇਹ ਬਰਦਾਸ਼ਤ ਨਹੀਂ ਹੋਏਗਾ ਵੀ ਤੁਸੀਂ ਸਾਡੇ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਤੰਗ ਕਰੋਗੇ ਪਰੇਸ਼ਾਨ ਕਰੋਗੇ ਉਹਨਾਂ ਨੂੰ ਕਹੋਗੇ ਵੀ ਉਹ ਪ੍ਰਚਾਰ ਨਾ ਕਰਨ। ਪ੍ਰਚਾਰ ਤਾਂ ਦੇਖੋ ਹਰ ਧਰਮ ਆਪਣੇ ਧਰਮ ਦਾ ਕਰ ਸਕਦਾ ਹਰ ਲੋਕ ਹਰ ਕੋਈ ਬੰਦਾ ਕਰ ਸਕਦਾ ਉਹ ਸਾਡੇ ਲੋਕ ਵੀ ਕਰ ਰਹੇ ਨੇ। ਜੇ ਕੋਈ ਧਰਮ ਪਰਿਵਰਤਨ ਜਬਰੀ ਧਰਮ ਪਰਿਵਰਤਨ ਹੋ ਰਿਹਾ ਔਰ ਅਸੀਂ ਵੀ ਉਹਦੇ ਖਿਲਾਫ ਹਾਂ ਸਾਨੂੰ ਦੱਸਿਆ ਜਾਵੇ ਕਿੱਥੇ ਸਾਡੇ ਲੋਕ ਗਲਤ ਨੇ ਅਸੀਂ ਉਹ 'ਤੇ ਆਪ ਕਾਰਵਾਈ ਕਰਵਾਵਾਂਗੇ। ਮੈਂ ਜੌਨ ਕੋਟਲੀ ਪੰਜਾਬ ਪ੍ਰਧਾਨ ਮਸੀਹ ਭਾਈਚਾਰੇ ਵੱਲੋਂ ਆਪ ਜੀ ਦੇ ਨਾਲ ਰੂਬਰੂ ਹੋ ਰਿਹਾ ਔਰ ਮੈਂ ਇਹ ਸਮਝਦਾ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਸ ਨੂੰ ਭੰਗ ਕਰਨ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਅੱਜ ਤੋਂ ਅਗਰ ਕੁਛ ਮਹੀਨੇ ਪਿੱਛੇ ਚੱਲ ਜਾਈਏ ਤਾਂ ਬੜੀ ਸ਼ਾਂਤੀ ਦੇ ਨਾਲ ਸਾਡਾ ਪੰਜਾਬ ਸੂਬਾ ਫਲ ਫੁੱਲ ਰਿਹਾ ਸੀ ਬੜੀਆਂ ਖੁਸ਼ੀਆਂ ਦੇ ਖੇੜੇ ਸਾਰੇ ਆਨੰਦ ਮਾਣ ਰਹੇ ਸੀ ਆਪਣਾ ਜੀਵਨ ਬਸਰ ਕਰ ਰਹੇ ਸੀ। ਜਦੋਂ ਦਾ 6 ਜੂਨ ਨੂੰ ਘੱਲੂਘਾਰੇ ਵਾਲੇ ਦਿਨ ਗਿਆਨੀ ਹਰਪ੍ਰੀਤ ਜੀ ਨੇ ਬਹੁਤ ਮੰਦਭਾਗਾ ਬਿਆਨ ਦਿੱਤਾ ਹੈ ਕਿ ਮਸੀਹੀ ਲੋਕਾਂ ਦਾ ਧਰਮ ਪ੍ਰਚਾਰ ਪ੍ਰਸਾਰ ਵੱਧ ਫੁੱਲ ਤੇ ਫੈਲ ਰਿਹਾ ਹੈ। ਦੇਖੋ ਅਸੀਂ ਪਿਆਰ ਦਾ ਸੰਦੇਸ਼ ਦਿੰਦੇ ਹਾਂ ਔਰ ਪਿਆਰ ਹੀ ਹਰ ਇੱਕ ਜਿਹੜਾ ਗ੍ਰੰਥ ਦਾ ਜਿਹੜਾ ਉਹ ਮੂਲ ਜਿਹੜੀ ਸਿੱਖਿਆ ਆ। ਜੇ ਅਸੀਂ ਪਿਆਰ ਨਹੀਂ ਕੀਤਾ ਤਾਂ ਫਿਰ ਸਮਝ ਲਓ ਅਸੀਂ ਕਿਸੇ ਵੀ ਧਰਮ ਦੇ ਹੈ ਨਹੀਂ ਆ। ਸੋ ਇਸ ਕਰਕੇ ਆਹ ਜਿਹੜੀ ਡੱਡੂਵਾਣਾ ਵਿਖੇ ਮੰਦਭਾਗੀ ਘਟਨਾ ਹੋਈ ਆ ਇਹ ਵੀ ਇਸੇ ਕੜੀ ਦਾ ਇੱਕ ਨਤੀਜਾ ਆ। ਜੇਕਰ ਗਿਆਨੀ ਜੀ ਇਸ ਤਰੀਕੇ ਦਾ ਬਿਆਨ ਨਾ ਦਿੰਦੇ ਤਾਂ ਕਦੇ ਵੀ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਕੋਈ ਕਿਸੇ ਦੀ ਹਿੰਮਤ ਨਹੀਂ ਸੀ ਕਿ ਐਵੇਂ ਦੀਆਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਹੁਣ ਹੱਲ ਕੀ ਨਿਕਲ ਸਕਦਾ ਹੈ? ਅੱਜ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਮਿਲਣ ਪਹੁੰਚੇ ਜੇ ਕੀ ਵਿਸ਼ਵਾਸ ਕੀ ਦਵਾਇਆ ਗਿਆ? ਵਿਸ਼ਵਾਸ ਦੇਖੋ ਅਸੀਂ ਹੁਣ ਪੁਲਿਸ ਅਧਿਕਾਰੀਆਂ ਕੋਲ ਪਹੁੰਚੇ ਹਾਂ ਇਸ ਕਰਕੇ ਕਿ ਇਹ ਜਿਹੜੇ ਸ਼ਰਾਰਤੀ ਨਿਹੰਗ ਸਿੰਘਾਂ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਚਾਹੇ ਉਹ ਉੱਥੇ ਡੱਡੂਵਾਣਾ ਹਲਕਾ ਜੰਡਿਆਲਾ ਦੇ ਅੰਦਰ ਜਿਹੜੀ ਹਦੂਦ ਦੇ ਵਿੱਚ ਆਉਂਦੀ ਘਟਨਾ ਹੋਵੇ ਚਾਹੇ ਪੱਟੀ ਤਰਨ ਤਾਰਨ ਦੀ ਘਟਨਾ ਹੋਵੇ ਇਹ ਦੋਸ਼ੀ ਜਿਹੜੇ ਇਹ ਯੋਜਨਾਬੱਧ ਤਰੀਕੇ ਦੇ ਨਾਲ ਇਹ ਜਿਹੜੀਆਂ ਟੀਮਾਂ ਫਰੇਮ ਕੀਤੀਆਂ ਗਈਆਂ ਕਿ ਤੁਸੀਂ ਜਾ ਕੇ ਲਗਾਤਾਰ ਹਮਲੇ ਕਰੋ ਇਹਨਾਂ ਸ਼ਰਾਰਤੀ ਲੋਕਾਂ ਉੱਤੇ ਨੱਥ ਪੈਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਔਰ ਸਾਡੇ ਭਾਰਤ ਦੀ ਸ਼ਾਂਤੀ ਬਰਕਰਾਰ ਰਹਿ ਸਕੇ। ਬੇਸਿਕਲੀ ਜਿਹੜੀਆਂ ਉਹਨਾਂ ਦੀ ਇਸਟੈਬਲਿਸ਼ਮੈਂਟਸ ਹੈ ਉਹਨਾਂ ਨੂੰ ਸਿਕਿਉਰਿਟੀ ਦੇਣ ਬਾਰੇ ਉਹ ਮਿਲੇ ਹੈਗੇ ਜੋ ਪੁਲਿਸ ਵੱਲੋਂ ਜਿੱਥੇ ਤੇ ਚਰਚ ਹੈਗੇ ਸਕੂਲਸ ਹੈਗੇ ਉੱਥੇ
पुख्ता इंतजाम सिक्योरिटी के किए गए। नहीं, जिथे जिथे प्रचार करना इन कॉन्ग्रीगेशन करनी उ पुलिस प्रोटेक्शन प्रोवाइड करेगी। होपफुली जल्दी जो कल्प्रिट्स है वारदात की ਉਹਨੂੰ ਅਰੈਸਟ ਕੀਤਾ ਜਾਏਗਾ।